ਫੁੱਲ ਡਾਊਨ ਲੀਵਰ ਆ ਜੀ 60 ਕਟਰ ਰੂਟਰ ਅਤੇ ਟਰੈਕਟਰ ਦਾ ਲੋਡ ਲੂਡ ਦੇਖ ਲਓ, ਚੈੱਕ ਕਰ ਲਓ। ਦੂਸਰਾ ਲੋਹ ਲੱਗਾ ਹੋਇਆ, ਆਹ ਰੂਟਰ ਦੇਖ ਲਓ ਜੀ, ਇਹ ਦੇਖੋ ਰੂਟਰ ਪੂਰਾ ਖੋਇਆ ਪਿਆ ਜੀ, 640-2004 ਮਾਡਲ। ਇਹਨੂੰ ਕਹਿੰਦੇ ਪਰਫਾਰਮੈਂਸ ਰੂਟਰ ਦੇ, ਪੂਰਾ ਖੋਭਿਆ ਪਿਆ ਜ਼ਮੀਨ 'ਚ। ਬਾਕੀ ਆਪਣੀ ਰਾਏ ਜਿਹੜੀ ਜੀ ਕਮੈਂਟ ਦੇ ਅੰਦਰ ਤੁਸੀਂ ਲਾਜ਼ਮੀ ਦੇਣੀ ਆ ਰੂਟਰ ਬਾਰੇ। ਅਤੇ ਟਰੈਕਟਰ ਦਾ ਦੇਖ ਲਓ, ਬਲੋ ਜਾਂ ਕੋਈ ਧੂੰਆਂ ਛੂਆਂ ਹੋਵੇ, 2004 ਮਾਡਲ ਗੱਡੀ ਹੋਵੇ, 60 ਕਟਰ ਪਿੱਛੇ ਰੂਟਰ ਪਾਇਆ ਹੋਵੇ, ਅਤੇ ਨਾ ਟਰੈਕਟਰ ਬਲੋ ਮਾਰੇ ਅਤੇ ਨਾ ਹੀ ਧੂੰਆਂ ਮਾਰੇ, ਚੈੱਕ ਕਰ ਲਓ। ਅਸਲਾਮ ਵਾਲੇਕੁਮ ਜੀ, ਸੁਹੇਲ ਜੱਟ ਯੂਟਿਊਬ ਚੈਨਲ 'ਚ ਖੁਸ਼ ਆਮਦੀਦ ਕਹਿੰਦੇ ਜੀ। ਅਤੇ ਲਓ ਜੀ ਦੋਸਤੋ, ਫੀਅਟ 640 ਅਤੇ ਉਹਦੇ ਨਾਲ 60 ਕਟਰ ਰੂਟਰ ਪਾਇਆ ਹੋਇਆ, ਅਤੇ ਫੀਅਟ 'ਤੇ ਜੀ 54 ਕਟਰ ਤੋਂ ਵੱਧ ਕੋਈ ਨਾ ਰੂਟਰ ਪਾਉਂਦੇ ਨਹੀਂ ਲੋਕ। ਹੁਣ ਸਾਡੇ ਇਲਾਕੇ 'ਚ ਤਾਂ ਬਿਲਕੁਲ 54 ਕਟਰ ਐਂਡਾ ਨਹੀਂ, ਅਤੇ 48 ਕਟਰ ਰੂਟਰ ਪਾਏ ਹੋਏ ਲੋਕਾਂ ਨੇ, ਅਤੇ ਅਸੀਂ 60 ਕਟਰ ਪਾ ਕੇ ਦੇਖਦੇ ਹਾਂ, ਨਾਲੇ ਦੇਖਦੇ ਹਾਂ ਟਰੈਕਟਰ ਕੀ ਕਰਦਾ, ਕਿੰਨਾ ਕੁ ਔਖਾ ਕਰਦੇ ਜੀ ਰੂਟਰ ਜਿਹੜਾ ਨਾ ਗੱਡੀ ਨੂੰ 60 ਕਟਰ। ਅਤੇ ਅੱਜ ਉਹਦੀ ਪਰਫੋਰਮੈਂਸ ਤੁਹਾਨੂੰ ਵੀ ਚੈੱਕ ਕਰਵਾਉਂਦੇ ਹਾਂ। ਆਹ ਝੀਜਣ ਖੜ੍ਹਾ ਨਜ਼ਰ ਆ ਰਿਹਾ ਹੋਣਾ ਤੁਹਾਨੂੰ, ਯੰਤਰ ਜਿਹੜਾ ਨਾ ਇਹਦਾ ਰੂਟਰ ਮਾਰਨਾ, ਪੈਲੀ ਦੇਖ ਲਓ ਕਿੰਨੀ ਗੰਦੀ ਆ, ਕਿੰਨਾ ਗੰਦ ਆ, ਅਤੇ ਦੇਖਦੇ ਹਾਂ ਜੀ ਕੀ ਕਰਦਾ ਟਰੈਕਟਰ ਜੀ, ਲੱਗ ਜਾਏਗਾ ਪਤਾ ਨਾਲੇ 640 ਮਗਰ 60 ਕਟਰ ਕੀ ਕਰਦਾ। ਲਓ ਜੀ ਟਰੈਕਟਰ ਸੁੱਭ ਗਿਆ ਉੱਥੇ, ਆਹ ਦੇਖੋ ਜੀ ਰੂਟਰ ਵੱਜਿਆ ਹੋਇਆ, ਚੈੱਕ ਕਰਿਓ। 60 ਕਟਰ ਛੁਰੀਆਂ ਨਵੀਆਂ ਪਾਈਆਂ ਹੋਈਆਂ ਟਰੈਕਟਰ ਰੂਟਰ ਨੂੰ, ਪੂਰੀਆਂ ਛੁਰੀਆਂ ਵਾ, 60 ਕਟਰ ਰੂਟਰ ਆ, ਫੀਅਟ 640 2004 ਮਾਡਲ ਗੱਡੀ ਆ ਜੀ। ਰੂਟਰ ਚੱਲਦਾ ਦੇਖਣਾ ਹੁਣ ਤੁਸੀਂ, ਪੂਰੀ ਪੈਲੀ ਬਣਾ ਤੀ ਉਹਨੂੰ, ਗੰਦ ਦੇਖ ਲਓ ਇਹ ਨਜ਼ਰ ਆ ਰਿਹਾ ਤੁਹਾਨੂੰ, ਇਹ 60 ਕਟਰ ਰੂਟਰ ਜੀ, ਗੱਡੀ ਨੂੰ ਕੋਈ ਪਤਾ ਨਹੀਂ ਹੈਗਾ, ਦੇਖ ਲਓ ਕੋਈ ਧੂੰਆਂ ਕੋਈ ਬਲੋ, ਚੈੱਕ ਕਰ ਲਓ 60
ਜੀ, ਪੂਰੀ ਪੈਲੀ ਬਣੀ ਖੜੀ ਹੈ ਜੀ। ਟਰੈਕਟਰ ਜਾਂ ਕਿੰਨਾ ਕੁ ਲੋਡ ਲੈ ਰਿਹਾ ਸੱਚ ਕੱਢਣ ਦੇ, ਲੋਕ ਐਵੇਂ ਡਰੀ ਜਾਂਦੇ ਆ, ਟਰੈਕਟਰ ਨੂੰ ਪਤਾ ਵੀ ਨਹੀਂ ਹੈਗਾ। ਲੋਕ ਇੱਥੇ 54 ਕੱਟਰ ਤੋਂ ਵੱਧ ਰੂਟਰ ਨਹੀਂ ਪਾਉਂਦੇ, ਅਤੇ ਇਹ 60 ਕੱਟਰ 'ਤੇ ਵੀ ਮਲੂਮ ਨਹੀਂ ਕੀਤਾ ਟਰੈਕਟਰ ਨੇ ਭੋਰਾ ਦੇ ਨਾਲ। 4 ਮਾਡਲ ਗੱਡੀ ਹੈ, ਦੇਖੋ ਜੀ ਗੰਦ ਦੇਖਿਓ ਪੈਲੀ ਦੇ ਵਿੱਚ, ਘਾਹ ਘੂਹ ਵੀ ਕਿੰਨਾ ਵਾ, ਅਤੇ ਯੰਤਰ ਵੀ ਖੜ੍ਹਾ ਵਾ ਥੋੜ੍ਹਾ ਥੋੜ੍ਹਾ, ਅਤੇ ਆਹ ਰੂਟਰ ਦਾ ਕਮਾਲ ਦੇ ਦਿੰਦੇ ਜੀ। 60 ਕੱਟ ਰੂਟਰ ਫੀਅਟ 640 2004 ਮਾਡਲ, ਅਤੇ ਜ਼ਬਰਦਸਤ ਕਾਰ ਕਰਦੀ ਜੀ। ਬਲਕਿ ਇਸ ਚੀਜ਼ ਦਾ ਤੁਸੀਂ ਕਮੈਂਟ ਦੇ ਅੰਦਰ ਦੱਸਣਾ ਜੀ, ਇਹਦੀ ਕਾਰ ਕਰਦਗੀ ਇਹਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹੀ। ਫੁੱਲ ਡਾਊਨ ਲੀਵਰ ਆ ਜੀ 60 ਕੱਟਰ ਰੂਟਰ, ਅਤੇ ਟਰੈਕਟਰ ਦਾ ਲੋਹ ਲੂਟ ਦੇਖ ਲਓ, ਚੈੱਕ ਕਰ ਲਓ, ਦੂਸਰਾ ਲੋਹ ਲੱਗਾ ਹੋਇਆ, ਆ ਰੂਟਰ ਦੇਖ ਲਓ ਜੀ ਲੱਗਿਆ ਹੋਇਆ, ਦੇਖੋ ਰੂਟਰ ਪੂਰਾ ਖੋਇਆ ਪਿਆ ਜੀ। 640 2004 ਮਾਡਲ, ਚੈੱਕ ਕਰੋ ਜੀ, ਇਹਨੂੰ ਕਹਿੰਦੇ ਪਰਫਾਰਮੈਂਸ ਰੂਟਰ ਦੇ, ਪੂਰਾ
ਬੜਾ ਖੱਬਿਆ ਪਿਆ ਜ਼ਮੀਨ 'ਚ। ਬਾਕੀ ਆਪਣੀ ਰਾਏ ਜਿਹੜੀ ਜੀ ਕਮੈਂਟ ਦੇ ਅੰਦਰ ਤੁਸੀਂ ਲਾਜ਼ਮੀ ਦੇਣੀ ਆ ਰੂਟਰ ਬਾਰੇ, ਅਤੇ ਟਰੈਕਟਰ ਦਾ ਦੇਖ ਲਓ ਬਲੋ ਜਾਂ ਕੋਈ ਧੂੰਆਂ ਛੂਆਂ ਹੋਵੇ, 2004 ਮਾਡਲ ਗੱਡੀ ਹੋਵੇ, 60 ਕਟਰ ਪਿੱਛੇ ਰੂਟਰ ਪਾਇਆ ਹੋਵੇ, ਅਤੇ ਨਾ ਟਰੈਕਟਰ ਬਲੋ ਮਾਰੇ ਅਤੇ ਨਾ ਹੀ ਧੂੰਆਂ ਮਾਰੇ, ਚੈੱਕ ਕਰ ਲਓ। ਆਹ ਰੂਟਰ ਵੀ ਲੱਗਦਾ, ਚੈੱਕ ਕਰੋ। ਕਿੰਨਾ ਜ਼ਿਆਦਾ ਖੁੱਭਿਆ ਹੋਇਆ, ਟੋਇਆ ਭਰਤਾ ਮੈਂ। ਆ ਦੇਖ ਲਓ,